ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਸਿੰਘ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ Techian Travel ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਜੇ ਅਸੀਂ ਸਕ੍ਰੈਚ ਲੈਂਗੁਏਜ ਇੰਸਟਾਲ ਕਰਨਾ ਚਾਹੁੰਦੇ ਹਾਂ ਆਪਣੇ PC ਦੇ ਵਿੱਚ ਤਾਂ ਸਾਨੂੰ ਕਿਹੜੇ-ਕਿਹੜੇ ਸਟੈਪਸ ਨੂੰ ਫਾਲੋ ਕਰਨਾ ਪਏਗਾ ਕਿਉਂਕਿ ਸਕ੍ਰੈਚ ਦੇ ਜੋ ਪ੍ਰੋਜੈਕਟ ਨੇ ਉਹ ਆਨਲਾਈਨ ਵੀ ਬਣ ਜਾਂਦੇ ਨੇ ਜੇ ਸਾਡੇ ਕੋਲ ਇੰਟਰਨੈਟ ਦੀ ਕਨੈਕਟੀਵਿਟੀ ਲਗਾਤਾਰ ਹੈ ਤੇ ਆਪਾਂ ਆਫਲਾਈਨ ਵੀ ਇਹਦਾ ਇੰਸਟਾਲਰ ਜੋ ਹੈ ਡਾਊਨਲੋਡ ਕਰਕੇ ਉਹਨੂੰ ਚਲਾ ਸਕਦੇ ਹਾਂ ਤਾਂ ਕਿ ਸਾਨੂੰ ਵਾਰ-ਵਾਰ ਇੰਟਰਨੈਟ ਨਾਲ ਕਨੈਕਟੀਵਿਟੀ ਨਾ ਕਰਨੀ ਪਵੇ ਸੋ ਇਸ ਲਈ ਮੈਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਮੈਂ ਇੱਥੇ ਜਾਵਾਂਗਾ ਕੋਈ ਵੀ ਆਪਾਂ ਵੈਬ ਬ੍ਰਾਊਜ਼ਰ ਓਪਨ ਕਰ ਲਵਾਂਗੇ ਜਿਦਾ Chrome, Microsoft Edge, Opera ਠੀਕ ਹੈ Firefox ਕਿਸੇ ਵਿੱਚ ਵੀ ਆਪਾਂ ਇਹ ਚੀਜ਼ ਚਲਾ ਸਕਦੇ ਹਾਂ ਮੀਨ ਜੋ ਵੈਬਸਾਈਟ ਹੈ ਉਹਨਾਂ ਦੀ ਸੋ ਆਪਾਂ ਇੱਥੇ ਕਰਾਂਗੇ scratch.mit.edu ਮੀਨ ਇਹਦੇ ਵਿੱਚ ਅਸੀਂ ਇੱਥੇ ਕਲਿੱਕ ਕਰਾਂਗੇ ਤਾਂ ਜਿੱਦਾਂ ਹੀ ਐਂਟਰ ਪ੍ਰੈਸ ਕਰਾਂਗੇ ਇਹਨਾਂ ਦੀ ਵੈਬਸਾਈਟ ਓਪਨ ਹੋ ਜਾਏਗੀ ਤੇ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਜੁਆਇਨ ਸਕ੍ਰੈਚ ਤੇ ਜਾ ਕੇ ਕੀ ਕਰ ਸਕਦੇ ਹੋ ਇੱਥੇ ਆਪਣਾ ਖੁੱਦ ਦਾ ਅਕਾਊਂਟ ਵੀ ਕ੍ਰੀਏਟ ਕਰ ਸਕਦੇ ਹੋ ਤੇ ਉਹਦੇ ਲਈ ਤੁਹਾਨੂੰ ਹਮੇਸ਼ਾ ਇੰਟਰਨੈਟ ਕਨੈਕਟੀਵਿਟੀ ਦੀ ਜ਼ਰੂਰਤ ਰਹੇਗੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਵਾਰ ਪੱਕਾ ਹੀ ਇਹਨੂੰ ਆਪਣੇ ਪੀਸੀ ਵਿੱਚ ਇੰਸਟਾਲ ਕਰ ਲਓ ਜਾਂ ਆਪਣੇ ਮੋਬਾਈਲ ਵਿੱਚ ਜਾਂ ਟੈਬ ਵਿੱਚ ਕਹਿ ਲਓ ਸੋ ਅਸੀਂ ਇੱਥੇ ਡਾਊਨਲੋਡ ਤੇ ਕਲਿੱਕ ਕਰ ਦੇਵਾਂਗੇ ਸੋ ਜਿੱਦਾਂ ਹੀ ਮੈਂ ਡਾਊਨਲੋਡ ਤੇ ਕਲਿੱਕ ਕੀਤਾ ਤੇ ਸਾਡੇ ਕੋਲ ਇੱਥੇ ਚਾਰ ਆਪਸ਼ਨਸ ਨੇ ਕਿ ਨੇ ਰਿਕੁਆਇਰਮੈਂਟ ਆ ਗਈਆਂ ਨੇ ਕਿ ਵਿੰਡੋ 10 ਤੇ ਇੰਸਟਾਲ ਹੋ ਸਕਦੀ ਹੈ ਮੈਕ ਕੰਤੋਸ਼ ਤੇ ਇੰਸਟਾਲ ਹੋ ਸਕਦੀ ਹੈ ਮੀਨਸ ਐਪਲ ਦੇ ਮੈਕ ਤੇ ਮੈਕਬੁੱਕ ਤੇ ਕ੍ਰੋਮ ኦਪਰੇਟਿੰਗ ਸਿਸਟਮ ਤੇ ਇੰਸਟਾਲ ਹੋ ਸਕਦੀ ਹੈ ਤੇ ਐਂਡਰੋਇਡ ਤੇ ਵੀ ਸੋ ਐਂਡਰੋਇਡ ਤੇ ਜਦੋਂ ਇੰਸਟਾਲ ਕਰਦੇ ਹਾਂ ਤਾਂ ਇਹਦੇ ਵਿੱਚ ਉਹ ਸਿਰਫ ਟੈਬਸ ਤੇ ਇੰਸਟਾਲ ਹੁੰਦੀ ਹੈ ਨਾ ਕਿ ਸਾਡੇ ਸਿੰਪਲ ਮੋਬਾਈਲ ਤੇ ਤੇ ਬਾਈ ਡਿਫਾਲਟ ਜੇ ਤੁਸੀਂ ਦੇਖੋਗੇ ਵਿੰਡੋ ਪਹਿਲਾਂ ਤੁਸੀਂ ਸਿਲੇਕਟਡ ਆ ਗਿਆ ਹੈ ਕਿਉਂਕਿ ਉਹਨੇ ਡਿਟੈਕਟ ਕਰ ਲਿਆ ਕਿ ਇਹਦੇ ਵਿੱਚ ਵਿੰਡੋਜ਼ ਹੀ ਹੈ ਇੰਸਟਾਲ ਕਰਨ ਲਈ ਤੇ ਆਪਾਂ ਮੈਕ ਤੇ ਕਲਿੱਕ ਕਰਕੇ ਉਹਦਾ ਵੀ ਵਰਜਨਸ ਡਾਊਨਲੋਡ ਕਰ ਸਕਦੇ ਹਾਂ ਯਾ Chrome ਵਾਸਤੇ ਕਿਸੇ ਤੇ ਵੀ ਸੋ ਆਪਾਂ ਕਰੰਟਲੀ ਕਿਉਂਕਿ ਵਿੰਡੋ ਚਲਾ ਰਹੇ ਆ ਤਾਂ ਵਿੰਡੋ ਤੇ ਹੀ ਕਲਿੱਕ ਕਰਾਂਗੇ ਅਗਲੀ ਆਪਸ਼ਨ ਇਹ ਆ ਰਹੀ ਹੈ ਕਿ ਆਪਾਂ ਕਾਦੇ ਤੇ ਕਲਿੱਕ ਕਰਨਾ ਹੈ ਡਾਇਰੈਕਟ ਡਾਊਨਲੋਡ ਤੇ ਕਿ ਮਾਈਕਰੋਸਾਫਟ ਦੇ ਸਟੋਰ ਤੋਂ ਜਿੱਦਾਂ ਸਾਡੇ ਕੋਲ Google Play Store ਹੈ ਵਿੰਡੋ 10 ਵਿੱਚ ਵੀ ਕੀ ਹੁੰਦਾ ਹੈ ਐਪ ਸਟੋਰ ਹੁੰਦਾ ਹੈ ਅਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਆ ਤੇ ਜੇ ਅਸੀਂ ਚਾਹੀਏ ਤਾਂ ਡਾਇਰੈਕਟਲੀ ਡਾਊਨਲੋਡ ਤੇ ਕਲਿੱਕ ਕਰਕੇ ਵੀ ਇਹਨੂੰ ਡਾਊਨਲੋਡ ਕਰ ਸਕਦੇ ਆ ਜਿਹਦਾ ਫਾਇਦਾ ਇਹ ਰਹੇਗਾ ਕਿ ਅਸੀਂ ਕਿਸੇ ਨੂੰ ਇਹਨੂੰ ਡਿਸਟ੍ਰੀਬਿਊਟ ਵੀ ਕਰ ਸਕਾਂਗੇ ਸੋ ਡਾਊਨਲੋਡਿੰਗ ਹੋ ਗਈ ਹੈ 151 MBDC ਹੁਣ ਅਸੀਂ ਕਲਿੱਕ ਕਰਾਂਗੇ ਸ਼ੋ ਇਨ ਫੋਲਡਰ ਤੇ ਤੇ ਇੱਥੇ ਡਬਲ ਕਲਿੱਕ ਕਰ ਦੇਵਾਂਗੇ ਤਾਂ ਕਿ ਇਹਦੀ ਇੰਸਟਾਲੇਸ਼ਨ ਜਿਹੜੀ ਹੈ ਸ਼ੁਰੂ ਹੋ ਜਾਏ ਤੇ ਅਗਲੀ ਆਪਸ਼ਨ ਹੈ ਕਿ ਕੀ ਆ ਮੈਂ ਆਪਣੇ ਕੱਲੇ ਯੂਜ਼ਰ ਲਈ ਇੰਸਟਾਲ ਕਰਨਾ ਚਾਹੁੰਦਾ ਹਾਂ ਕਿ ਇਹ ਮੇਰੇ ਪੀਸੀ ਦੇ ਵਿੱਚ ਹੋਰ ਜ਼ਿਆਦਾ ਯੂਜ਼ਰਸ ਨੇ ਉਹਨਾਂ ਦੇ ਉੱਤੇ ਵੀ ਇਹ ਚੱਲੇ ਤਾਂ ਮੈਂ ਇੱਥੇ ਐਨੀ ਵਨ ਤੇ ਕਲਿੱਕ ਕਰਾਂਗਾ ਜੇ ਮੈਂ ਚਾਹਨਾ ਕਿ ਸਾਰੇ ਯੂਜ਼ਰਸ ਇਹਨੂੰ ਚਲਾ ਸਕਣ ਸੋ ਆਪਾਂ ਦੇਖਦੇ ਹਾਂ ਹੁਣ ਇੰਸਟਾਲੇਸ਼ਨ ਜੋ ਹੈ ਸ਼ੁਰੂ ਹੋ ਗਈ ਹੈ ਇਹ ਡਾਊਨਲੋਡ ਹੋਣ ਤੋਂ ਬਾਅਦ ਇੰਸਟਾਲੇਸ਼ਨ ਥੋੜੀ ਹੀ ਦੇਰ ਵਿੱਚ ਹੋ ਜਾਂਦੀ ਹੈ ਕਿਉਂਕਿ ਇਸ ਦਾ ਸੈਟਅਪ ਕੋਈ ਖਾਸ ਵੱਡਾ ਨਹੀਂ ਹੁੰਦਾ ਤੁਸੀਂ ਦੇਖੋਗੇ ਕਿ ਬਿਲਕੁਲ ਕੰਪਲੀਟ ਹੋਣ ਵਾਲੀ ਹੈ ਤੇ ਸਕ੍ਰੈਚ ਜੋ ਹੈ ਉਸ ਦਾ ਸੈਟਅਪ ਬਿਲਕੁਲ ਸਕਸੈਸਫੁਲੀ ਇੰਸਟਾਲ ਹੋ ਗਿਆ ਹੈ ਨੈਕਸਟ ਆਪਸ਼ਨ ਹੈ ਫਿਨਿਸ਼ ਦੀ ਤੇ ਨਾਲ ਦੀ ਨਾਲ ਰਨ ਦੀ ਠੀਕ ਹੈ ਜੇ ਅਸੀਂ ਰਨ ਦੇ ਉੱਤੇ ਕਲਿੱਕ ਰੱਖਦੇ ਹੋਏ ਕੀ ਕਰਾਂਗੇ ਫਿਨਿਸ਼ ਤੇ ਕਲਿੱਕ ਕਰਾਂਗੇ ਤਾਂ ਜੋ ਇਸ ਦਾ ਇੰਟਰਫੇਸ ਹੈ ਓਪਨ ਹੋ ਜਾਏਗਾ ਸੋ ਜਿੱਦੇ ਹੀ ਸਾਡੇ ਕੋਲ ਇੰਟਰਫੇਸ ਓਪਨ ਹੁੰਦਾ ਹੈ ਸਾਡੇ ਕੋਲ ਇੱਥੇ ਡਿਫਾਲਟ ਜੋ ਸਪਰਾਈਟ ਹੈ ਜੋ ਕਿ ਕੈਟ ਹੈ ਉਹ ਹਮੇਸ਼ਾ ਹੀ ਇੱਥੇ ਓਪਨ ਹੋ ਕੇ ਆਏਗੀ ਜਦੋਂ ਵੀ ਆਪਾਂ ਕੋਈ ਨਿਊ ਪ੍ਰੋਜੈਕਟ ਹਨ ਕਿ ਫਸਟ ਟਾਈਮ ਚ ਸਟਾਰਟ ਕਰਾਂਗੇ ਜਾਂ ਨਿਊ ਪ੍ਰੋਜੈਕਟ ਕ੍ਰੀਏਟ ਕਰਾਂਗੇ ਕਿਉਂਕਿ ਇਹ ਡਿਫਾਲਟ ਸਪਰਾਈਟ ਹੈ ਬਾਕੀ ਆ ਤੇ ਫਾਈਲ ਮੈਨੂ ਵਗੈਰਾ ਚ ਜਾ ਕੇ ਆਪਾਂ ਇਹਨਾਂ ਨੂੰ ਸੇਵ ਵੀ ਕਰ ਸਕਦੇ ਹਾਂ ਠੀਕ ਹੈ ਜੀ ਅੱਜ ਦੀ ਇਸ ਵੀਡੀਓ ਲਈ ਇੰਨਾ ਹੀ ਸੀ ਅਗਲੀ ਵੀਡੀਓ ਵਿੱਚ ਆਪਾਂ ਕੀ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਨਲਾਈਨ ਅਕਾਊਂਟ ਆਪਣਾ ਕ੍ਰੀਏਟ ਕਰਕੇ ਉੱਥੇ ਵੀ ਆਪਣੇ ਪ੍ਰੋਜੈਕਟਸ ਕ੍ਰੀਏਟ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਹੋਰ ਵੀ ਅਗਲੀਆਂ ਵੀਡੀਓਸ 'ਚ ਆਪਾਂ ਦੇਖਾਂਗੇ ਕਿ ਜੋ ਇਹ ਇੰਟਰਫੇਸ ਦੇ ਵਿੱਚ ਇੰਨੇ ਜ਼ਿਆਦਾ 엘িমੈਂਟਸ ਨੇ ਇਹਨਾਂ ਨੂੰ ਕੀ ਕੀ ਆਪਾਂ ਕਹਿੰਦੇ ਹਾਂ ਇਹਨਾਂ ਦਾ ਕੀ ਮੀਨਿੰਗ ਹੈ ਸੋ ਦੋਸਤੋ ਤੁਹਾਨੂੰ ਜੇ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ